ਕੀ ਕਰਕੇ ਆਇਆ? ਮੋਢੇ ਬਣੀ ਦਾ ਬੱਚਾ ਕੀ ਮੋਢੇ ਮੋਢੇ ਕਿਵੇਂ ਕਹੀ ਨੇ ਤੇ ਚਾਹ ਸਾਂਦੀ ਪਈ ਏ ਝਸ ਕੇ ਆਈ ਆਉਂਦੀ ਪਈ ਮਾਰੇ ਮੈਂ ਠਾ ਪਾਇਆ ਨਹੀਂ ਮੌਸਮ ਤੇ ਚੰਗਾ ਹੋ ਗਿਆ ਅੱਜ ਕਿਹਾ ਮੌਸਮ ਚੰਗਾ ਆ ਬੜੀ ਹਵਾਵਾਂ ਚੱਲਦੀਆਂ ਪਈਆਂ ਜਿਹੜੀ ਚੁੰਨੀ ਖੁੱਟੀ ਨਹੀਂ ਤੈਨੂੰ ਮੌਜਾਂ ਚੇ ਤੋਂ ਆਉਣਾ ਮੈਂ ਆਖੇ ਤਾਂ ਵੀ ਹਵਾਵਾਂ ਚੱਲਦੀਆਂ ਪਈਆਂ ਤੇ ਛਾਵੇਂ ਬਹਿ ਕੇ ਤੇ ਗੱਲਾਂ ਬਾਤਾਂ ਮੌਜਾਂ ਹੈ ਕੰਮ ਤੁਹਾਡਾ ਕੋਈ ਨੀ ਕੋਈ ਨਾ ਹੈ ਕੋਈ ਨਾ ਧੋਖਾ ਤਾਂ ਹੈ ਕੋਈ ਨਾ ਹੈ ਚੱਪੀ ਜਾਂਦਾ ਕੰਮ ਤੁਹਾਡਾ ਹੈ ਹੀ ਕੋਈ ਨੀ ਮੌਸਮ ਉਹ ਚੰਗਾ ਹੋ ਗਿਆ ਉੱਤੋਂ ਹਲੇ ਰਾਜੀ ਕੋਈ ਨੀ ਕੀ ਕੁਛ ਕੀਤਾ ਸਵੇਰ ਦਾ ਪੱਠੇ ਵੱਡੇ ਨੇ ਮਾਂ ਨੂੰ ਕੁਤਰ ਕੇ ਗੱਤੇ ਨੇ ਮੁੜਾਟ ਕੇ ਕਈ ਚਾਹ ਕੇ ਮੋਢੇ ਬਣਾ ਬਣੇ ਨਾ ਚੁੰਡਾ ਜੀ ਜ਼ਿੰਮੀਦਾਰਾਂ ਦੀ ਰੁਟੀਨ ਆ ਅੱਛਾ ਸਵੇਰੇ ਕਿੰਨੇ ਵਜੇ ਉੱਠਣਾ ਅਜ਼ਾਨਾ ਵਾਲੇ ਅਜ਼ਾਨਾ ਵਾਲੇ ਉੱਠ ਜਾਂਦਾ ਮੋੜ ਉੱਠ ਕੇ ਹੁਣ ਕੰਮ ਉੱਤੇ ਕੀ ਕੰਮ ਹਵਾਈ ਜਿੱਤੀ ਨਹੀਂ ਉੱਠਦੇ ਸਰ ਪਹਿਲਾਂ ਪੱਠੇ ਵੜਨੇ ਕੀ ਕਰਨਾ ਹੁੰਦਾ ਪੱਠਿਆਂ ਨੂੰ ਉੱਠਦੇ ਅਜ਼ਾਨਾ ਲਈ ਹਾਂਜੀ ਮੋੜ ਵਾਪਸੀ ਦੂਰ ਵਾਗ ਜੇ ਬਿਨਾਂ ਪੱਠੇ ਦੂਰ ਹੈ ਕਿੱਥੇ ਹਾਂ ਨਾ ਤੇ ਪੋਲ ਕੋਲ ਤੇ ਮੋੜ ਵਾਪਸੀ ਕਿੰਨੇ ਵਜੇ ਉੱਥੇ 9-10 ਵਜੇ ਆ ਜਾਂਦੇ ਓਏ ਹੋਏ ਹੋਏ ਇੰਤਰ ਕਿਤਨਾ ਮਾਲ ਆਉਣਾ ਪੁੰਦਾ ਕਿਤਨਾ ਮਾਲ ਹੈ ਮੇਰੇ ਕੋਲ 5-7 ਡੋਰ ਹੈ ਮਾਸ਼ਾਅੱਲਾ ਤੇ ਟਾਈਮ ਬੜਾ ਲਾ ਦਿੰਦਾ ਦਾਤਰੀਆ ਕੁੱਡੀਆਂ ਹੀ ਅਜੇ ਇੱਕ ਬਾਰ ਹੁੰਦੀ ਆ ਪੱਕਾ ਲੋ ਇਤਰਾ ਵੱਢਣਾ ਪੈਂਦਾ ਰਗੜ ਰਗੜ ਕੇ ਅੱਛਾ 9-10 ਵਜੇ ਆ ਗਿਆ ਮੋੜ ਹੁਣ ਕੁਤਰ ਕੇ ਗੱਟੇ ਹਾਂ ਕਈ ਫੜੀ ਹਾਂ ਚੱਲ ਭਾਈ ਕਾਲਾ ਬੰਨਿਆ ਜੁੜੋ ਤੇ ਰੋਟੀ ਪਾਣੀ ਰੋਟੀ ਪਾਣੀ ਆ ਜਾਂਦਾ ਕਦੇ ਟਾਈਮ ਨਾ ਕਦੇ ਬੇਟਾਈਮੀ ਮੋੜ 9-10 ਵਜੇ ਖਾਲੇ ਬੰਨਿਆ ਨੂੰ ਉਸ ਤੋਂ ਬਾਅਦ ਦੁਪਹਿਰ ਰੈਸਟ ਕਰਦਾ ਹੁੰਦਾ ਰੇਟ ਕਰਕੇ ਪਾ ਰਿਹਾ ਹਾਂ ਜਾਟ ਸਰ ਸੁੱਤਾ ਰਿਹਾ ਹਾਂ ਕੋਈ ਨੀਂਦਰਾ ਜਿਹਾ ਕੱਢ ਲਿਆ ਕੱਢ ਕੇ ਮੋੜ ਠੀ ਜਾ ਮੋੜ ਜੋੜ ਕੇ ਪੱਠਿਆ ਕੰਮ ਤਾਂ ਕੰਮ ਪਾਣੀ ਪੂਣੀ ਪਿਵਾ ਭੱਟੀਆਂ ਕੀਤੀਆਂ ਨਵਾਈਆਂ ਦਵਾਈਆਂ ਹਾਂ ਆਪ ਹੀ ਨਾਤਾ ਧੋਤਾ ਹਾਂ ਬਸ ਤੇ ਕੰਮ ਸੌਖਾ ਕਿ ਔਖਾ ਜ਼ਿੰਮੇਦਾਰਾ ਜ਼ਿੰਮੇਦਾਰਾ ਬੜਾ ਔਖਾ ਹੈ ਸੌਖਾ ਨਹੀਂ ਆ ਜਿਹੜੇ ਵੇਂਦੇ ਨੇ ਉਹ ਕਈ ਬੰਦੇ ਆਉਂਦੇ ਨੇ ਕੋਈ ਗੱਲ ਕੰਮ ਕੋਈ ਨਹੀਂ ਐਡਾ ਔਖਾ ਕੋਈ ਨਹੀਂ ਤੇ ਉਹ ਉਹਨਾਂ ਬਾਰੇ ਕੀ ਉਹਨਾਂ ਨੂੰ ਦੱਸੋ ਕੀ ਦੱਸਦੇ ਉਹਨਾਂ ਨੂੰ ਆਖ ਨਾ ਜਿਹੜੇ ਕਈ ਆ ਨੇ ਕਈ ਨੱਪੋ ਦੇ ਚਾਰੇ ਖਾਲਾ ਕੱਟੋ ਭਾਰੀ ਡੋਪ ਪੈ ਲੱਗ ਸੋਰ ਜਾਂਦੀ ਸੋਰ ਲੱਗ ਜਾਂਦੀ ਜੀ ਉਹ ਜ਼ਿੰਦਗੀ ਵਿੱਚ ਖੁਸ਼ ਹੈ ਬਾਬਾ ਨਿਆਜ਼ ਅਹਿਮਦ ਉਹ ਖੁਸ਼ ਬਾਸ਼ ਹੈ ਠੀਕ ਠਾਕ ਆ ਖੁਸ਼ ਹੈ ਕਿਤਨੇ ਬਾਲ ਹਨ ਤਰਾਏ ਮਾਸ਼ਾਅੱਲਾ ਮਾਸ਼ਾਅੱਲਾ ਤਰਾਏ ਛਾ ਮਾਸ਼ਾਅੱਲਾ ਮਾਸ਼ਾਅੱਲਾ ਆ ਕਿੱਕੋ ਮੇਰੇ ਮਾਂਡੇ ਖੜਤਾ ਪੱਟੀ ਮਾਂ ਕਿਹੜਾ ਕਿੱਥੇ ਕਰਕੇ ਅੱਗੇ ਕੋਠੇ ਤੇ ਗੂੰ ਹਾਂ ਉਹ ਅੱਗੇ ਮੈਂ ਦਿਖਾਉਂਦਾ ਇਹਨਾਂ ਨੂੰ ਇਹ ਆ ਲਾ ਜੀ ਕਿੱਕਰ ਦਰਖਤਾਂ ਦੇ ਨਾਲ ਅੱਛਾ ਉਹਨੂੰ ਕੀ ਹੋਇਆ ਉਹ ਪਟਣਾ ਕਿਉਂ ਬਾਟਾ ਰੱਖ ਕੇ ਪਾਟ ਸਾ ਮੋੜ ਉਹ ਖਰਾਬ ਹੋ ਗਿਆ ਸੁੱਕ ਗਿਆ ਹੁਣ ਸੁੱਕ ਗਿਆ ਹਾਂ ਕਦੋਂ ਪਟਣਾ ਵੇਲੇ ਉਹ ਵੀ ਤੇ ਪਟੀ ਗਏ ਵੇਲੇ ਨਾ ਉਹ ਤੇ ਕੀ ਪਟੀ ਗਏ ਟਾਈਮ ਹੀ ਕੋਈ ਨਹੀਂ ਆ ਕੁੱਤਾ ਬੜਾ ਕੌੜਾ ਹੈ ਤੁਹਾਡੇ ਡੇਰੇ ਵਾਲਾ ਹਾਂ ਉਹ ਪੈਂਦਾ ਹੈ ਬੰਦੇ ਨੂੰ ਵੱਡੋ ਨਾ ਹੋਵੇ ਤੇ ਬੰਦੇ ਨੂੰ ਦੂਰੋਂ ਚਾਰ ਲੈਂਦਾ ਅਗਲੇ ਦੇ ਰਾਹ ਬੁਲਾ ਗਿਆ ਇੱਥੇ ਬੰਦੇ ਨੂੰ ਮੋਟਾ ਸੀ ਕੱਲ੍ਹ ਡੱਠਾ ਕਾਂਡ ਪਰਨੇ ਲਗਾਇਆ ਕੁੱਤਾ ਪੈ ਗਿਆ ਆਪਣੇ ਹਾਲ ਪਿਛਾਂ ਹਾਂ
ਉਹ ਡਰ ਗਿਆ, ਡਰੇ ਉਲਟਿਆ ਤੇ ਬਾਇਟ ਹੁਣ ਕੁੱਤਾ ਬਚਿਆ ਮਸਿਓ ਬਚਿਆ ਚੀਰਨਾ। ਹੁਣ ਜਿਹੜਾ ਹੈ ਨਾ ਆਪਾਂ ਵੀਡੀਓ ਮੁੜ ਬਣਾਉਣੀ ਇੱਕ ਹੋਰ ਗੱਲ ਹੁੰਦੀ ਪਈ ਹੈ ਜਿਹੜੀ ਅੱਗੇ ਬਣਾਈ ਆਈ ਉਹ ਤੈਨੂੰ ਮੈਂ ਆਖਿਆ ਆਈ ਆਖ ਆਈ ਆਖ ਤੈਨੂੰ ਸੁਰ ਕੋਈ ਨੀ ਲੱਗੀ ਪਹਿਲਾਂ ਕੋਈ ਨੀ ਮੁੜ ਹੁਣ ਇਹਨੂੰ ਲੱਭਣਾ ਨਹੀਂ ਨਹੀਂ ਉਦੋਂ ਪਿਛਲੀ ਵਾਰੀ ਉਹ ਅਲੀ ਸ਼ੇਰ ਕਹਿੰਦਾ ਮੈਨੂੰ ਐਵੇਂ ਨੰਬਰਦਾਰ ਬਣਾ ਛੱਡਿਆ ਤੇ ਗੁੱਸਾ ਕਰ ਗਿਆ ਹੁਣ ਉਹ ਗੁੱਸਾ ਕਰਦਾ ਹੁਣ ਤਬਾਹ ਹੋਰ ਉਹ ਆਂਦਾ ਕਿ ਮੈਨੂੰ ਯਾਰ ਤੁਸੀਂ ਐਂ ਆਖ ਛੱਡਿਆ ਆ ਕੇ ਤੇਰੇ ਨਾਲ ਭੁੱਖੀਆਂ ਚੰਗੀਆਂ ਭੁੱਖੀਆਂ ਚੰਗੀਆਂ ਲਓ ਜੀ ਹਾਸੀਆਂ ਖੇਡੀਆਂ ਜੀ ਇਹ ਜ਼ਿੰਮੇਦਾਰਾਂ ਦੀ ਰੂਟੀਨ ਆ ਦੇਖੋ ਦੁਪਹਿਰ ਦਾ ਟਾਈਮ ਆ 12 ਵੱਜਣ ਵਾਲੇ ਆ ਤੇ ਉਹ ਖਾਲਾ ਖੱਟ ਰਹੇ ਆ ਇਹ ਖਾਲਾ ਖੱਟ ਕੇ ਆਇਆ ਆਪਣਾ ਕੰਮ ਸ਼ਾਮ ਕਰ ਰਿਹਾ ਕੋਈ ਥੋੜ੍ਹਾ ਜਿਹਾ ਸਾਹ ਲੈਣ ਆਇਆ ਸੀ ਪਾਣੀ ਸ਼ਾਣੀ ਪੀਣ ਆਇਆ ਸੀ ਇਹ ਬੜਾ ਔਖਾ ਕੰਮ ਆ ਜੀ ਮਿਹਨਤ ਮਜ਼ਦੂਰੀ ਕਰਕੇ ਅਤੇ ਆਪਣਾ ਰੋਜ਼ੀ ਰੋਟੀ ਚਲਾਉਣਾ ਅਤੇ ਸਾਡੇ ਪਾਕਿਸਤਾਨ ਦੇ ਵਿੱਚ ਸਪੈਸ਼ਲੀ ਇਹ ਕਿਸਾਨ ਨੂੰ ਨਾ ਉਹਦਾ ਹੱਕ ਨਹੀਂ ਦਿੱਤਾ ਜਾਂਦਾ ਉਹਦੀ ਫਸਲਾਂ ਦੇ ਰੇਟ ਉਹਦੇ ਜਦੋਂ ਖਾਦਾਂ ਉਹਨੇ ਲੈਣੀਆਂ ਹੁੰਦੀਆਂ ਉਹਨਾਂ ਦੀ ਮਹਿੰਗਾਈ ਰੇਟ ਉੱਤੇ ਅਤੇ ਉਹਦੇ ਪ੍ਰੋਬਲਮ ਬਹੁਤ ਜ਼ਿਆਦਾ ਅਤੇ ਇਹਦੀ ਮਿਹਨਤ ਵੀ ਬਹੁਤ ਜ਼ਿਆਦਾ ਪ੍ਰੋਬਲਮ ਨੂੰ ਹੱਲ ਨਹੀਂ ਕੀਤਾ ਜਾਂਦਾ ਆਹ ਖਾਦਾਂ ਬੜੀਆਂ ਮਹਿੰਗੀਆਂ ਹੋ ਜਾਂਦੀਆਂ ਹਨ ਬੀਜ ਮਹਿੰਗੇ ਹੋ ਜਾਂਦੇ ਹਨ ਇਹਦੇ ਬਾਰੇ 'ਚ ਵੀ ਆਖ ਛੱਡ ਵੀ ਔਖਾ ਕੰਮ ਹੈ ਅਤੇ ਮਹਿੰਗੀ ਕਰ ਛੱਡਦੇ ਹਨ ਮੋੜ ਰੇਟ ਲੈਂਦੇ ਕੋਈ ਨਹੀਂ ਮੱਕੀ ਦਾ ਰੇਟ ਤੁੰਨੀ ਕੋਈ ਨਹੀਂ ਖੁਲਤੇ ਤੇ ਉਹ ਭਾਅ ਵਾਲਾ ਹੀ ਖਾਣ ਮਹਿੰਗਾਈ ਵੱਲੋਂ ਮਹਿੰਗਾਈ ਕੀਤੀ ਖਾਣੇ ਕਣਕ ਦਾ ਰੇਟ ਥੱਲੇ ਲਈਏ ਹਾਂ 18,000 ਨੂੰ ਬੈਠੇਲੀ ਨੇ ਹਾਂ ਖਾਦ ਲਈਏ 15,000 ਨੂੰ ਵੱਡੀ ਆ ਪੀ ਨੇ ਸੋਨਾ ਯੂਰੀਆ ਲਈਏ ਉਹ 8,000 ਨੂੰ ਜੇ ਜ਼ਿਮੀਦਾਰਾਂ ਦੀ ਜਿਸ ਮਕਾਈ ਜਾ ਵੇਖੀਏ 1600-1700 ਮਾਣਦਾ ਚਾਰ ਕਰਕੇ ਮਿੱਟੀ ਬਾਲ ਗਈ ਹੋ ਗਈ ਸ਼ਹਿਰ ਬਣਾ ਹੋ ਲੈ ਗਿਆ ਆਪ ਬੁੱਛੜ ਦਾ ਬੁੱਛੜ ਹੋ ਗਿਆ ਟਾਂਡੇ ਬੱਚੇ ਸੁੱਕੇ ਪੁੱਕੇ ਕੋਈ ਡੋਰਾ ਖਾਡੇ ਕੋਈ ਆਪ ਮਾਲ ਹੋਣਾ ਬਾਲਿਆ ਆਗ ਸੇਕੀ ਅਸਿਆਣ ਮਾਂ ਟੁੰਡ ਕਿਨਾਰਿਆ ਆਏ ਮਾਰ ਗਏ ਆ ਕੰਬਾਟ ਪੈ ਖੜੋਤੇ ਨੇ ਆ ਜ਼ਿਮੀਦਾਰਾ ਹੋਇਆ ਪਿਆ ਹੈ ਜੀ ਐਂ ਹੋ ਗਿਆ ਲੈ ਸਾਰੀ ਗੱਲ ਉਹਨਾਂ ਨੇ ਦੱਸਤੀ ਸਾਰਾ ਨਕਸ਼ਾ ਖਿੱਚਤਾ ਠੀਕ ਹੈ ਜੀ ਅੱਲਾ ਹਾਫਿਜ਼ ਅੱਲਾ ਦੇ ਸਪੁਰਦ ਆਈ ਆ ਹੱਥ ਬੇਲੀ ਅੱਲਾ ਬੇਲੀ ਅੱਲਾ ਦੇ ਸਪੁਰਦ ਸਾਨੂੰ ਅੱਲਾ ਦੇ ਸੀ ਆਮੀਨ ਜਾਓ ਤੁਸੀਂ ਰਾਜ ਕੇ ਖਾਓ।